ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਪਹੁੰਚਿਆ ਦੋਸਤੋ ਪਿੰਡ ਸੁਰ ਸਿੰਘ, ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨ ਤਾਰਨ ਸਾਹਿਬ ਲੱਗਦਾ, ਭੁੱਲਰ ਡੇਅਰੀ ਫਾਰਮ ਤੇ ਪਹੁੰਚਿਆ ਦੋਸਤੋ। ਵੀਰ ਸੰਦੀਪ ਸਿੰਘ ਹੋਣਾਂ ਦੇ ਫਾਰਮ ਤੇ ਆਏ ਆ। ਸੋ ਜਿੱਦਾਂ ਕਿ ਦੋਸਤੋ ਸਾਰੇ ਭਰਾਵਾਂ ਨੂੰ ਪਤਾ ਹੀ ਆ, ਪਸ਼ੂ ਵਪਾਰ ਦਾ ਕਿੱਤਾ ਵੀਰ ਦਾ। ਪਸ਼ੂ ਇਸੇ ਤਰ੍ਹਾਂ ਦੋਸਤੋ ਡੇਲੀ ਰੂਟੀਨ ਦੇ ਵਿੱਚ ਨਵੇਂ ਇਸ ਘਰੇ ਆਉਂਦੇ ਆ। ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਨਾਗਤਾਂ ਨੂੰ ਵੈਸੇ ਆਪਾਂ 2 ਤੋਂ 4 ਦਿਖਾਉਣੇ ਸੀਗੇ। ਫਿਲਹਾਲ ਕੁਝ ਕੁ ਜਿਹੜੀਆਂ ਵੈੜਾਂ ਸੇਲ ਹੋ ਚੁੱਕੀਆਂ ਨੇ ਤੇ 2 ਮੱਝਾਂ ਝੋਟੀਆਂ ਆਪਾਂ ਤੁਹਾਨੂੰ ਦਿਖਾਵਾਂਗੇ। ਇੱਕ ਗੱਭਣ ਤਿਆਰੀ ਵਾਲੀ ਆ, ਇੱਕ ਬਿਲਕੁਲ ਸੱਜਰ ਤਾਜ਼ੀ ਸੂਈ ਆ। ਸੋ ਡਿਟੇਲ ਵੀਰ ਸੰਦੀਪ ਤੋਂ ਲੈ ਲਾਂਗੇ ਆਪਾਂ ਇਹਨਾਂ 2 ਪਸ਼ੂਆਂ ਦੀ। ਸੋ ਬਾਕੀ ਪਸ਼ੂ ਚੰਗੇ ਹੁੰਦੇ ਆ ਦੋਸਤੋ, ਇੱਥੇ ਆਣ ਕੇ ਨਰਕ ਪਰਖਾ ਤਸੱਲੀ ਆ, ਉਹ ਤੁਸੀਂ ਕਰਨੀ ਆ, ਠੀਕ ਆ ਜੀ। ਜਿਹੜੇ ਪਸ਼ੂ ਵੀ ਆਪਾਂ ਤੁਹਾਨੂੰ ਦਿਖਾਈ ਦੇ ਆ ਉਹਨਾਂ ਦੀ ਜਾਂਚ ਪਰਖ ਇੱਥੇ ਆਣ ਕੇ ਕਰ ਲਿਓ, ਠੀਕ ਆ ਜੀ। ਤੇ ਇੱਕ ਬਹੁਤ ਖੂਬਸੂਰਤ ਚੰਗੀ ਮੱਝ ਦਿਖਾਵਾਂਗੇ ਜਿਹੜੀ ਤੁਸੀਂ ਇਹ ਸਾਹਮਣੇ ਦੇਖ ਰਹੇ ਜੀ, ਪੂਰੀ ਫਿੱਟ ਫਾਟ, ਪੂਰੀ ਭਾਰੀ ਵਜਨ ਲੋਡ ਵਾਲੀ, ਠੀਕ ਆ ਜੀ। ਤੇ ਜਿਹੜੀ ਸੱਜਰ ਸੂਈ ਤਾਜ਼ੀ, ਇਹ ਬੌਲੇ ਤੇ ਚੱਲ ਰਹੀ ਹੈ ਤੇ ਬੌਲਾ ਵੀ ਚੰਗਾ ਖਾਸਾ ਇਹਦੇ ਥੱਲੇ ਆ। ਅੱਜ ਤਰੀਕ ਦੋਸਤੋ ਨੋਟ ਕਰ ਲਓ, ਅੱਜ 13 ਜੁਲਾਈ ਤੇ ਸਮਾਂ ਕੋਈ 2:30-3 ਵਜੇ ਦਾ ਸਮਾਂ। ਆਓ ਲੈਂਦੇ ਹਾਂ ਪੂਰੀ ਡਿਟੇਲ, ਕਰਦੇ ਹਾਂ ਗੱਲਬਾਤ ਵੀਰ ਸੰਦੀਪ ਦੇ ਨਾਲ। ਸਭ ਤੋਂ ਪਹਿਲਾਂ ਵੀਰ ਸੰਦੀਪ, ਕੀ ਹਾਲ ਚਾਲ ਨੇ? ਬਹੁਤ ਵਧੀਆ ਸੰਧੂ ਸਾਹਿਬ, ਸਤਿ ਸ੍ਰੀ ਅਕਾਲ ਜੀ ਮਹਾਰਾਜ ਜੀ। ਸਤਿ ਸ੍ਰੀ ਅਕਾਲ ਵੀਰ ਸੰਦੀਪ, ਹੋਰ ਠੀਕ ਠਾਕ ਜੀ? ਬਹੁਤ ਵਧੀਆ ਸੰਧੂ ਸਾਹਿਬ, ਠੀਕ ਠਾਕ ਜੀ ਮਹਾਰਾਜ। ਠੀਕ ਠਾਕ ਜੀ, ਠੀਕ ਠਾਕ। ਅੱਛਾ ਸੰਦੀਪ, ਨਾਲ ਦੀ ਨਾਲ ਅੱਜ ਵਹਿੜਾਂ ਵੀ ਆਪਾਂ 2-3 ਪਾਉਣੀਆਂ ਸੀ, ਸੇਲ ਹੋ ਗਈਆਂ ਨੇ। ਹਾਂਜੀ ਸੰਧੂ ਸਾਹਿਬ ਜੀ, ਯਾਨੀ ਕਿ ਸਵੇਰੇ ਨਾ ਵਹਿੜਾ ਆਪਣੇ ਕੋਲ ਗਿਆ, 3 ਵੱਛੀਆਂ ਸੀ ਬੜੀਆਂ ਚੰਗੀਆਂ। ਓਕੇ। ਤੇ ਤਿੰਨਾਂ ਦੇ ਵਿੱਚੋਂ ਤਿੰਨੇ ਸੇਲ ਹੋ ਗਈਆਂ ਜੀ ਅੱਜ। ਠੀਕ ਹੈ ਜੀ। ਜਿਨ੍ਹਾਂ ਦੇ ਵਿੱਚ ਆਪਣੇ ਕੋਲ 2 ਝੋਟੀਆਂ ਰਹਿ ਗਈਆਂ ਜੀ ਤੇ ਇੱਕ ਜਰਸੀ ਵਹਿੜ ਆ, ਇਹਨਾਂ ਦੇ ਨਾਲ ਉਹ ਵੀ ਸੇਲ ਹੋ ਚੁੱਕੀ ਹੈ ਜੀ। ਠੀਕ ਹੈ। ਦੋ ਵਹਿੜਾਂ ਦਾ ਸਵੇਰੇ ਲੈ ਗਿਆ ਸੰਧੂ ਸਾਹਿਬ ਤੇ ਉਹ ਜਰਸੀ ਜਿਹੜੀ ਉਹਨਾਂ ਵੀਰਾਂ ਖੜਨੀ ਹੈ ਜੀ। ਠੀਕ ਹੈ ਜੀ, ਠੀਕ ਹੈ। ਹਾਂਜੀ, ਲਓ ਵੀ ਅੱਜ ਫਿਰ ਆਪਾਂ ਮੱਝਾਂ ਝੋਟੀਆਂ ਦਿਖਾਉਣੀਆਂ। ਝੋਟੀਆਂ ਦਿਖਾਉਣੀਆਂ ਸੰਧੂ ਸਾਹਿਬ ਜੀ ਦੋ ਅੱਜ। ਲਓ ਦੋਸਤੋ ਝੋਟੀਆਂ ਵੀ ਤੁਸੀਂ ਦੇਖੋਗੇ, ਠੀਕ ਹੈ ਜੀ। ਇੱਕ ਫੁੱਲ ਵੱਡੇ ਕੱਦਕਾਠ ਦੇ ਵਿੱਚ ਝੋਟੀ ਆ, ਇੱਕ ਪੂਰੀ ਜੰਮੀ ਪਲੀ ਫੁੱਲ ਵਜਣ ਲੋੜ ਵਾਲੀ ਆ, ਉਹ ਸੈਕਿੰਡ ਨੰਬਰ ਤੇ ਆਪਾਂ ਤੁਹਾਨੂੰ ਗੱਭਣ ਦਿਖਾ ਦਾਂਗੇ। ਸ਼ੁਰੂਆਤ ਇਸ ਪਹਿਲੇ ਨੰਬਰ ਵਾਲੀ ਝੋਟੀ ਤੋਂ ਕਰਾਂਗੇ। ਇਹ ਸੂਈ ਆ ਬਿਲਕੁਲ ਸੱਜਰ ਤਾਜ਼ੀ। ਅੱਛਾ ਸੰਦੀਪ, ਇਹ ਸੂਆ ਵੀਰ ਕਿਨਮਾ ਹੋਊਗਾ? ਸੰਧੂ ਸਾਹਿਬ ਦੂਜਾ ਸੂਆ ਸੂਈ ਹੈ ਜੀ। ਓਕੇ। ਪਰਸੋਂ ਦੀ ਝੋਟੀ ਸੂਈ ਆ, ਠੀਕ ਹੈ ਜੀ। ਪਰਸੋਂ ਸ਼ਾਮਾਂ ਦੀ ਸੂਈ ਆ। ਓਕੇ। ਤੇ ਕੱਲ ਹੀ ਆਪਣੇ ਕੋਲ ਝੋਟੀ ਆਈ ਹੈ ਜੀ। ਠੀਕ ਹੈ ਜੀ। ਇਸ ਟਾਈਮ ਸੰਧੂ ਸਾਹਿਬ ਇਹਦੇ ਥੱਲੇ ਜਿਹੜਾ ਬੌਲਾ ਵਾ 10 ਲੀਟਰ ਐਨ ਬਿਲਕੁਲ ਤਿਆਰ ਹੋਊਗਾ, 10-11 ਕਿਲੋ ਤਿਆਰ ਹੋਊਗਾ ਜੀ। ਕਿਹੇ ਕੋਈ ਕੰਡਾ ਨਾਲ ਲੈਵੇ, ਜੋ ਕਿ ਆਪਣੇ ਘਰੋਂ ਸੱਲੀ ਕਰਕੇ ਜਿੱਦਾਂ ਮਰਜ਼ੀ ਲੈ ਜੀ। ਚਵਾਈ ਪਸਵਾਈ ਦੀ ਸੰਧੂ ਸਾਹਿਬ ਐਡੀ ਜ਼ਿਆਦਾ ਚੰਗੀ ਪੋਲੀ ਆ, ਕੋਈ ਭੂਰ ਨਹੀਂ, ਕੋਈ ਛਿੱਟਾ ਨਹੀਂ, ਗੱਲ ਹੀ ਛੱਡ ਦਿਓ। ਠੀਕ ਹੈ ਜੀ। ਹਾਂਜੀ, ਪਹਿਲੇ ਸੂਏ ਦਾ ਰਿਕਾਰਡ ਉਤਰਾ 13-14 ਕਿਲੋ 13 ਕਿਲੋ ਦਾ ਦੱਸਦੇ ਬੰਦੇ, ਠੀਕ ਹੈ ਜੀ, ਜਿਹੜੇ ਵੀਰਾਂ ਦਾ ਆਪਾਂ ਲਈ ਆ। ਅੱਛਾ ਸੰਦੀਪ, ਅੱਜ ਤੀਜਾ ਕਿ ਦਿਨ ਦੱਸਿਆ? ਤੀਜਾ ਦਿਨ। ਹਾਂਜੀ, ਸੂਈ ਆਪਣੇ ਕੋਲ ਕਿ ਪਿੱਛੋਂ ਆਪਾਂ ਲਿਆਦੀ? ਸੰਧੂ ਸਾਹਿਬ ਸੂਈ ਲੈਂਦੀ ਆ। ਠੀਕ ਹੈ। ਇਹ ਪਰਸੋਂ ਸ਼ਾਮੀ ਸੂਈ ਆ ਤੇ ਜੇਰ ਪਾਉਂਦੀ ਲਈ ਆਪਾਂ ਦਿਨ। ਠੀਕ ਹੈ ਜੀ। ਹਾਂਜੀ, ਲਓ ਵੀ ਭਰਾਵੋ ਆ ਮਗਰ ਕੱਟਾ, ਕੱਟਾ ਆ ਗਿਆ ਜੀ ਨੀਲੀ ਰਾਜ। ਲਓ ਵੀ ਨੀਲੀ ਦਾ ਮਗਰ ਕੱਟਾ ਦੋਸਤੋ, ਇਹ ਵੀ ਰੀਝ ਪੂਰੀ ਹੋ ਜੂਗੀ, ਜਿਹੜੇ ਵੀਰ ਕਾਫੀ ਸ਼ੌਂਕ ਰੱਖਦੇ ਆ ਮਗਰ ਨੀਲੀ ਦਾ ਕੱਟਾ। ਸੋ ਚੰਗੀ ਮਾਰਕਿੰਗ ਦੇ ਵਿੱਚ, ਸੋ ਇੱਕ ਬੰਨੇ ਦੋਸਤੋ ਇਹ ਝੋਟੀ ਆ, ਤੁਸੀਂ ਵੇਖੋ ਸੋਹਣੇ ਕੱਦਕਾਠ ਦੇ ਵਿੱਚ, ਚੌੜਾ ਪਿੱਠ ਪੁੜਾ, ਇੱਕ ਵਾਰੀ ਲੇਵੇ ਹਵਾਨੇ ਤੋਂ ਆਪਾਂ ਤੁਹਾਨੂੰ ਦਿਖਾ ਦਿੰਦੇ ਆ। ਨਾਲ ਦੀ ਨਾਲ ਦੋਸਤੋ ਚਵਾਈ ਜਿਹੜੀ ਆ ਤੁਸੀਂ ਦੇਖ ਰਹੇ ਹੋ, ਠੀਕ ਹੈ ਜੀ। ਨਾਲ ਦੀ ਨਾਲ ਚਵਾਈ ਪੂਰੀ ਦੇਖ ਲਿਓ, ਵਿੱਚ ਆਪਾਂ ਕੋਈ 2-2, 4-4 ਧਾਰਾ ਮਾਰ ਕੇ ਤਸੱਲੀ ਤੁਹਾਨੂੰ ਕਰਵਾ ਦਿੱਤੀ ਹੈ, ਠੀਕ ਹੈ ਜੀ। ਸੋ ਚੋਣ ਜਾਣ 1 ਨੰਬਰ ਆ, ਕੋਈ ਭੋਰ ਨਹੀਂ, ਕੋਈ ਛੱਟਾ ਨਹੀਂਗਾ। ਸੋ ਵਿਰਲ ਵੰਡ ਆਪਸੀ ਥਣਾਂ ਦੀ ਬਹੁਤ ਵਧੀਆ। ਸੋ ਚਾਰੇ ਥਣ ਦੋਸਤੋ ਇੱਕੋ ਜਿਹਾ ਸਹਿਜ, ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ, ਕੋਲ ਵੀ ਬਹੁਤ ਸੰਧੂ ਸਾਹਿਬ ਬਾਕੀ। ਹਾਂ, ਸੋ 10 ਕਿਲੋ ਬੌਲਾ ਵੀਰ ਦੱਸ ਰਿਹਾ ਹੁਣ ਮੌਕੇ ਤੇ, ਜਿਹੜਾ ਬਿਲਕੁਲ ਹਾਜ਼ਰ ਆ, ਜਿਹੜਾ ਚਵਾ ਦੇਣਾ ਕਿਸੇ ਸੱਜਣ ਭਰਾ ਨੂੰ। ਸੰਧੂ ਸਾਹਿਬ ਚੋਗੇ ਖੜੇ, ਜਿਹੜੇ ਵੀਰ ਨੇ ਵੀ ਖੜਨੀਆਂ ਝੋਟੀ ਆਪਣੇ ਨੂੰ। ਹਾਂ ਦੇਖੋ ਜੀ, ਚਾਹੇ ਕੋਈ ਵੀਰ ਧਾਰ ਬਣਾ ਮਾਰੇ, ਲੋਹੇ ਰਗਾ ਸੰਧੂ ਸਾਹਿਬ 10 ਕਿਲੋ ਬੌਲਾ ਹੋਊਗਾ ਝੋਟੀ ਥੱਲੇ। ਠੀਕ ਹੈ ਜੀ, ਠੀਕ ਹੈ। ਸੋ ਕੱਦ ਕਾਠਾ ਜਿਹੜਾ ਦੋਸਤੋ ਪੂਰਾ ਵੱਡਾ ਹੈ, ਝੋਟੀ ਵੇਖੋ ਤੁਸੀਂ, ਕੱਦ ਬੋਤ ਵਾਲੇ ਪਾਸੇ ਕੋਈ ਕਸਰ ਨਹੀਂ ਗੀ, ਪੂਰੀ ਵੱਡੀ ਚੰਗੀ ਰਾਜੀ ਫੁੱਲ ਵਜਣ ਲੋੜ ਵਾਲੀ, ਠੀਕ ਹੈ ਜੀ। ਆ ਵੇਖੋ
ਤੇ ਬੜੀ ਸਾਫ ਸੁਥਰੀ ਦੱਸ ਰਿਹਾ ਵੀਰ ਚੋਣ ਜਾਣ। ਬਾਕੀ ਤੁਸੀਂ ਵਿੱਚੇ ਦੋਸਤੋ ਦੇਖ ਵੀ ਲਈ ਹੈ ਚੁਆਈ ਤੇ ਹਵਾਨੇ ਲੇਵੇ ਵਾਲੇ ਪਾਸਿਓਂ ਤੁਸੀਂ ਆ ਵੇਖ ਲਓ। ਠੀਕ ਆ ਜੀ, ਸਮਾਂ ਹੁਣ ਤਕਰੀਬਨ ਇੱਕ ਵਾਰੀ ਫਿਰ ਆਪਾਂ ਕਨਫਰਮ ਕਰਾਉਣੇ ਆ, ਕੋਈ 2:30-3 ਕੁ ਵਜੇ ਦਾ ਸਮਾਂ ਤੇ ਸੰਦੀਪ ਮਾਰਨਿੰਗ ਚੁਆਈ ਕਿੰਨੇ ਕੁ ਵਜੇ? 6 ਵਜੇ ਦੇ ਕਰੀਬ ਹੋਈ ਸਾਨੂੰ ਸਾਫ ਸਵੇਰੇ। ਠੀਕ ਹੈ ਜੀ, ਹਾਂਜੀ ਲਓ ਦੋਸਤੋ 6 ਕੁ ਵਜੇ ਦੇ ਨੇੜੇ ਤੇੜੇ ਜਿਹੜੀ ਚੁਆਈ ਇਹਦੀ ਹੋ ਚੁੱਕੀ ਸੀਗੀ। ਸੋ ਬਾਕੀ ਬਹੁਤ ਸੋਹਣੀ ਵੰਡ ਵਿਰਲ ਆਪਸੀ ਥਣਾਂ ਦੀ, ਸੋ ਚੋਣ ਚਾਣ ਚੰਗੀ ਆ। ਸੋ ਬਾਕੀ ਤੁਹਾਡਾ ਵੀ ਜਿਹੜਾ ਦੋਸਤੋ ਹੱਕ ਬਣਦਾ, ਕਿਉਂਕਿ ਪੈਸੇ ਚੰਗੇ ਖਾਸੇ ਲੱਗ ਜਾਂਦੇ ਆ ਪਸ਼ੂ ਦੇ ਉੱਪਰ ਤੇ ਤਸੱਲੀ ਆ, ਉਹ ਜਿਸ ਫਾਰਮ ਤੋਂ ਆਪਾਂ ਵੀਡੀਓ ਬਣਾਉਣੀ ਆ ਉੱਥੇ ਆਣ ਕੇ ਤਸੱਲੀ ਕਰਨੀ ਤੁਹਾਡਾ ਹੱਕ ਵੀ ਬਣਦਾ। ਠੀਕ ਆ ਜੀ, ਤੇ ਆਹ ਦੇਖੋ, ਸੋ ਚੰਗਾ ਪਸ਼ੂ ਧੰਨ, ਸੋ ਚੰਗੀ ਦੁੱਧ ਦੀ ਉਮੀਦ ਕਰ ਸਕਦੇ ਹਾਂ। ਜਿੱਦਾਂ ਦੱਸਿਆ ਵੀਰ ਸੰਦੀਪ ਨੇ ਵੀ ਪਹਿਲੇ ਸੂਬੇ ਕੋਈ 13-14 ਲੀਟਰ ਦੀ ਚੁਆਈ ਚੰਗੀ ਕਰਵਾਈ ਇਹਨੇ। ਸੋ ਜਿੱਦਾਂ ਦੋਸਤੋ ਕਦ ਢਾਂਚਾ, ਉਮੀਦ ਇਸ ਵਾਰ ਵੀ ਆਪਾਂ ਚੰਗੀ ਕਰ ਸਕਦੇ ਹਾਂ। ਠੀਕ ਆ ਜੀ, ਅਜੇ ਸੰਧੂ ਸਾਹਿਬ ਆ ਸਾਰੇ ਲਾੜ ਲੂੜ ਕੱਢਣੇ ਆ, ਝੂਟੀ ਆਈ ਆ ਸੂਸਵਾਚ, ਆ ਸਾਰੀਆਂ ਮੱਖੀਆਂ ਬਾਹਰ ਕੱਢਣੀਆਂ ਝੂਟੀਆਂ। ਆ ਦੇਖੋ ਜੀ, ਬਾਕੀ ਚਵਾਈ ਪਸਮਾਈ ਐਡੀ ਚੰਗੀ ਆ ਵੀ ਗੱਲ ਹੀ ਛੱਡ ਦੋ ਜੀ, ਲਓ ਜੀ ਖਰੀ ਬਹੁਤ ਜ਼ਿਆਦੀ ਆ, ਪੋਲੀ ਵੀ ਰੂੰ ਵਰਗੀ ਸੰਧੂ ਸਾਹਿਬ। ਠੀਕ ਹੈ, ਬਾਕੀ ਹੈ ਨਵੀਂ ਆ, ਕੋਈ 400 ਪੀਣ ਵਾਲੀ ਆ ਸੰਧੂ ਸਾਹਿਬ। ਹਾਂ ਬਿਲਕੁਲ ਜੀ, ਬਹੁਤ ਜ਼ਿਆਦਾ ਨਿੱਕੀ ਲੱਗੀ ਆ, ਬਿਲਕੁਲ ਹਾਂਜੀ, ਲਓ ਵੀ ਭਰਾਵੋ। ਠੀਕ ਆ ਜੀ, ਸੋ ਇਹ ਝੋਟੀ ਆ ਦੋਸਤੋ ਜਿਹੜੀ ਤੁਸੀਂ ਪ੍ਰੋਪਰ ਦੇਖ ਲਈ ਆ, ਛੋਟੀ ਸਿੰਗੀ ਤੇ ਪਤਲਾ ਫੇਸ, ਲੰਬਾ ਫੇਸ, ਲੰਬੀ ਗਰਦਨ, ਸੋਹਣਾ ਢਾਂਚਾ ਢੂੰਚਾ ਝੋਟੀ ਦਾ। ਲੈ ਵੀ ਸੰਦੀਪ ਵੀਰ ਦੇਵਾਂਗੇ ਕਿੰਨੇ ਕੁ ਦੀ ਗੱਲ ਮੁੱਕਦੀ ਆ, ਵੀ ਲੈਣ ਦੇ ਨਾਲ ਹੀ ਗੱਲ ਸੰਧੂ ਸਾਹਿਬ। ਝੋਟੀ ਤੇ ਹੈਗੀ ਆ ਉਸ ਤਰ੍ਹਾਂ ਇੱਕ 50 ਦੀ ਵੀ ਆਪਾਂ ਮੁੱਲ ਕਰ ਲਈਏ ਤੇ ਉਹ ਵੀ ਥੋੜਾ ਵਾ, ਪਰ ਆਪਾਂ ਜਾਇਜ਼ ਲਈ ਆ ਸੰਧੂ ਸਾਹਿਬ, ਜਾਇਜ਼ ਹੀ ਬਿਲਕੁਲ ਦੇ ਦੇਣੀ ਆ। ਹਾਂਜੀ ਸੰਧੂ ਸਾਹਿਬ, ਮੁੱਲ ਕਰਦੇ ਆ 1,05,000 ਰੁਪਇਆ, 1,00,000 ਦੀ ਝੋਟੀ ਦੇ ਦਈਏ ਸੰਧੂ ਸਾਹਿਬ। 1,00,000 ਦੀ? ਹਾਂਜੀ 1,00,000 ਦੀ ਦੇ ਦਈਏ। ਲੈ ਵੀ ਪੂਰਿਆਂ ਦੇ ਵਿੱਚ ਹੀ? ਹਾਂਜੀ ਪੂਰਿਆਂ ਜਾਣ ਦੀ ਆ ਸੰਧੂ ਸਾਹਿਬ, ਬਿਲਕੁਲ ਜਾਇਜ਼ ਹੀ ਕਰਤਾ। ਬਾਕੀ ਹਾਈਟ ਵੇਖੋ 6 ਫੁੱਟ ਦੇ ਲਾਗੇ ਬੰਨੇ ਆਉਂਦੀ ਆ, ਫੁੱਲ ਵੱਡੀ ਆ ਸੰਧੂ ਸਾਹਿਬ। ਬਾਕੀ ਚਵਾਈ ਚੁਈ ਐਡੀ ਚੰਗੀ ਲੱਗੀ ਆ ਵੀ ਗੱਲ ਹੀ ਛੱਡ ਦਿਓ। ਲਓ ਵੀ ਦੋਸਤੋ, ਠੀਕ ਆ ਜੀ, ਸੋ ਸੰਦੀਪ ਦਾ ਦੋਸਤੋ ਡਿਮਾਂਡ ਚਾਹੇ 1-15 ਵੀ ਕਰੀ ਚੱਲੋ। ਠੀਕ ਆ ਜੀ, ਕੋਈ ਹੱਦ ਬੰਨਾ ਨਹੀਂ ਹੁੰਦਾ ਗਾ, ਜਿੰਨੀ ਮਰਜ਼ੀ ਕਰੀ ਚੱਲੋ ਵੀ ਜਿੱਥੋਂ ਤੱਕ ਅਸਲ ਦੇ ਵਿੱਚ 1-5 ਕਰਕੇ ਡਿਮਾਂਡ ਵੀ 1,00,000 ਦੀਆਂ ਦਾ ਵੀ ਦੇ ਦਾਂਗੇ। ਸੋ ਝੋਟੀ ਦੋਸਤੋ ਕੋਈ ਸ਼ੱਕ ਨਹੀਂ ਸੰਧੂ ਸਾਹਿਬ, ਆਪਣੇ ਮੁੱਲ ਤੁਹਾਨੂੰ ਪਤਾ ਜਾਇਜ਼ ਹੁੰਦੇ ਆ, ਜਿਹੜਾ ਅੱਜ ਮਾਲ ਹੋਇਆ ਅਗਲੇ ਦਿਨ ਨਹੀਂ ਹੁੰਦਾ। ਸਹੀ ਆ ਜੀ, ਤੇ ਜੇ ਜਾਇਜ਼ ਭਾਅ ਫੜਦਾ ਕਰਾਂਗੇ ਤੇ ਚਲੋ ਉਸੇ ਲਈ ਮਾਲ ਵਿਕ ਜਾਂਦਾ, ਵਿਕ ਜਾਂਦਾ। ਹਾਂਜੀ ਆਹ ਗੱਲ ਆ। ਲਓ ਵੀ ਦੋਸਤੋ ਇਹ ਝੋਟੀ ਆ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੱਤੀ ਹੈ, ਬਾਕੀ ਪਸੰਦ ਆਈ ਹੋਊਗੀ। ਸੋ ਚਵਾਈ ਮੇਰਾ ਵੀਰ ਵਿੱਚ ਕਰਵਾ ਦਿੱਤੀ ਹੈ, ਉਹਨੂੰ ਤਸੱਲੀ ਨਾਲ ਦੇਖ ਲੱਗੀ ਆ। ਲੈ ਜੀ ਠੀਕ ਆ ਬਈ ਸੰਦੀਪ। ਅੱਛਾ ਅੱਗੇ ਇੱਕ ਆਪਣੇ ਕੋਲ ਜਿਹੜਾ ਆਹ ਬਲਡੋਜ਼ਰ ਖੜਾ। ਹਾਂਜੀ ਲਓ ਦੋਸਤੋ, ਮੱਝ ਤੁਸੀਂ ਦੇਖੋ ਪੂਰੀ ਭਾਰੀ ਆ, ਫੁੱਲ ਵਜਨ ਲੋੜ ਵਾਲੀ ਆਪਾਂ ਇਹਨੂੰ ਕਹਿ ਸਕਦੇ ਆ ਵੀ। ਸੋ ਮੈਨੂੰ ਲੱਗਦਾ ਵੀ ਜਿੱਥੋਂ ਵੀ ਆਈ ਆ ਸੇਵਾ ਸੰਭਾਲ ਦੇ ਵਿੱਚ ਕੋਈ ਕਮੀ ਪੇਸ਼ੀ ਛੱਡੀ ਨਹੀਂ ਗੀ। ਆਹ ਦੇਖੋ ਜੀ, ਥੱਬਿਆਂ ਦੇ ਥੱਬੇ ਆਪਾਂ ਕਹਿ ਸਕਦੇ ਹਾਂ ਵੀ, ਪੁੱਠੇ ਵਾਲੀ ਸਾਈਡ ਤੋਂ ਵੀ ਤੇ ਲੇਵਾ ਵੀ ਦੋਸਤੋ, ਜਿਵੇਂ ਇੱਕ ਬਿਲਕੁਲ ਨਸਲ ਬਰੀਡ ਵਾਲੀਆਂ ਵਹਿੜਾਂ ਨੂੰ ਚੱਡਾ ਲੱਗਾ ਹੁੰਦਾ ਨਾ, ਫਿਕਸ ਜਿਹਾ ਚੱਡਾ, ਉਸ ਚੱਡੇ ਦੇ ਵਿੱਚ ਇਹ ਮੱਝ ਦਾ ਜਿਹੜਾ ਦੋਸਤੋ ਸਟਰਕਚਰ ਆ ਹਵਾਨੇ ਲੇਵੇ ਦਾ, ਤੇ ਵੇਖੋ ਚੌੜਾ ਪਿੱਠ ਪੂੜਾ। ਤੇ ਸੰਦੀਪ ਇਹਦੀ ਜੇਕਰ ਆਪਾਂ ਫਿਰ ਸੂਬਿਆਂ ਦੀ ਗੱਲ ਕਰੀਏ ਕਿਨਵੇਂ ਹੋਊਗੀ ਸੰਧੂ ਸਾਹਿਬ? ਪਿਓਰ ਦੂਜਾ ਸੂਬਾ ਜੀ, ਦੂਸਰੇ ਆਪਣੇ ਸੱਜਣਾਂ ਤੋਂ ਲਈ ਆ, ਪਹਿਲੇ ਸੂਬੇ ਇਹਦਾ ਵੀ 13 ਕਿਲੋ ਦਾ ਰਿਕਾਰਡ ਰਿਹਾ ਜੀ। ਅੱਛਾ ਜੀ, ਹਾਂਜੀ ਆਪਣੇ ਸੱਜਣਾ, ਖਾਸ ਖਾਸ ਆਪਣੇ ਰਿਸ਼ਤੇਦਾਰੀ ਚੋਂ ਲਈ ਹੈ ਜੀ ਝੋਟੀ। ਠੀਕ ਹੈ ਜੀ, ਬਹੁਤ ਜ਼ਿਆਦਾ ਇਹਦਾ ਭਰਾ ਭਰੂ ਚੰਗਾ ਵਾ, ਬਿਲਕੁਲ ਪੋਲੀ ਰੂੰ ਵਰਗੀ ਆ। ਅੱਛਾ, ਕੋਈ ਭਾਰ ਦੀ ਨਹੀਂ ਸਮੱਸਿਆ, ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ, ਪਿੱਛੇ ਭਾਰ ਦੀ ਆਪਣੀ ਫੁੱਲ ਗਰੰਟੀ ਆ, ਥਣਾ ਦੀ ਤਪਾਈ ਕਰਕੇ ਜਿੱਦਾਂ ਵਰਜੀ ਵੀਰ ਕੋਈ ਆਪਣੇ ਕੋਲ ਆਵੇ ਤਸੱਲੀ ਕਰਕੇ ਆਪਣੇ ਤੋਂ ਲੈ ਕੇ ਜਾਵੇ ਸਾਨੂੰ। ਹਾਂ ਹਾਂਜੀ ਸਹੀ ਹੈ ਜੀ। ਹਾਂਜੀ ਲੋਕ ਦੋਸਤੋ, ਭਾਰ ਪਿੱਛੇ ਦੀ ਮੋਸਟਲੀ ਕੀ ਹੁੰਦਾ ਵੀ ਗੱਬਣ ਪਸ਼ੂ ਆ, ਤੇ ਵੀਰਾਂ ਦੇ ਮਨਾਂ ਦੇ ਵਿੱਚ ਡਾਊਟ ਨਾ ਹੋਵੇ ਕਿਤੇ ਪਿੱਛੇ ਦੀ ਪ੍ਰੋਬਲਮ ਆ ਪਸ਼ੂ ਨੂੰ ਤੇ ਤਿੱਪਣ ਮਾੜੀ ਹੋਵੇ, ਭਾਰ ਪਿੱਛੇ ਦੀ ਵੀਰਾਂ ਦਾ ਵੀ ਆਪਣੀ ਪੂਰੀ ਤਸੱਲੀ ਆ ਸੱਜਣਾਂ ਦੇ ਵਿੱਚੋਂ। ਠੀਕ ਆ ਜੀ, ਬਿਲਕੁਲ ਸਾਂਝ ਵਾਲੇ ਬੰਦਿਆਂ ਦੇ ਵਿੱਚੋਂ ਪਸ਼ੂ ਨਿਕਲਿਆ ਜਿਹੜਾ, ਉਹਦੀ ਤਸੱਲੀ ਵੀ ਦਿੱਤੀ ਜਾਂਦੀ ਆ। ਠੀਕ ਆ, ਫਿਲਹਾਲ ਤੁਸੀਂ ਇੱਕ ਵਾਰੀ ਪੂਰਾ ਬਾਡੀ ਸਟਰਕਚਰ ਵੇਖੋ ਇਸ ਮੱਝ ਦਾ, ਇਸ ਝੋਟੀ ਦਾ। ਠੀਕ ਆ, ਬਿਲਕੁਲ ਗੁੰਦੀ ਪਈ ਆ ਗਰਮਾਲੀ। ਠੀਕ ਆ ਜੀ, ਗੁੰਦੀ ਪਈ ਆ, ਫੁੱਲ ਰਾਜੀ, ਫੁੱਲ ਵਜਨ ਲੋੜ,
ਹਾਈਟ ਮੇਰਾ ਵੀਰ ਜਿੱਦਾਂ ਇੱਕ ਮਧਰੀ ਡੌੜੀ ਵਾਲੇ ਆਪਣੇ ਪਸ਼ੂ ਦੇਖਦੇ ਆ, ਹਾਈਟ ਮੀਡੀਅਮ ਦੇ ਵਿੱਚ, ਪਰ ਵਜਨ ਲੋੜ ਵਾਲੇ ਪਾਸਿਓਂ ਮੈਨੂੰ ਲੱਗਦਾ ਵੀ ਮਾਲਕ ਨੇ ਕੋਈ ਕਸਰ ਨਹੀਂ ਛੱਡੀਗੀ। ਜਿੱਥੋਂ ਵੀ ਆਈ ਹੈ ਚੰਗੀ ਚੌਕੀ ਸੇਵਾ ਦੇ ਵਿੱਚੋਂ ਨਿਕਲੀ ਹੈ ਕਰਮਾਂ ਲਈ। ਆਹ ਦੇਖੋ ਜੀ ਹਵਾਨਾ ਲੇਵਾ, ਵੇਖੋ ਬਹੁਤ ਖੂਬਸੂਰਤ ਥਾਨ ਘੜ ਕੇ ਲੱਗਾ ਕਰਮਾਲੀ ਨੂੰ, ਵੰਡਾ ਵੁੰਡਾ ਬਹੁਤ ਜ਼ਿਆਦੀਆਂ ਸੋਹਣੀਆਂ। ਆਹ ਵੇਖੋ, ਹਾਂ ਲੈ ਵੀਰ ਸੰਦੀਪ ਮਾੜਾ ਤੋਰ ਕੇ ਇੱਕ ਵਾਰੀ ਦਿਖਾਈਏ ਵੀ। ਇਹ ਨਾ ਡਰਦੀ ਆ ਥੋੜੀ, ਘਰੋਂ ਹੀ ਬਾਹਰ ਕੱਢੀ ਹੈ ਨਾ। ਹਵਾਨਾ ਦੋਸਤੋ ਬਹੁਤ ਖੂਬਸੂਰਤ ਆ, ਮੰਜਾ ਡੈਂਦਾ ਸੰਤ ਸਾਹਿਬ ਜੀ ਦੀ ਚੋੜੀ ਚੋਟੀ, ਉਹਨਾਂ ਹੀ ਲੇਵਾ ਦੋਸਤੋ ਅੱਗੇ ਉਹਨਾਂ ਹੀ ਪਿੱਛੇ। ਠੀਕ ਹੈ ਜੀ, ਤੋਰਾ ਤੂਰਾ ਬਹੁਤ ਵਧੀਆ ਕਮਾਲ ਦਾ, ਤੇ ਸੋਹਣੇ ਵਜਨ ਵਜੂਦ ਵਾਲੀ ਆ, ਇਹਨੂੰ ਆਪਾਂ ਕਹਿ ਸਕਦੇ ਹਾਂ ਦੋਸਤੋ ਬਹੁਤ ਖੂਬਸੂਰਤ ਚੰਗੇ ਵਜਨ ਵਜੂਦ ਵਿੱਚ। ਆਹ ਦੇਖੋ ਜੀ ਠੀਕ ਹੈ ਵੀਰ ਸੰਦੀਪ, ਇੱਕ ਗੇੜਾ ਕਢਾ ਦਿਓ। ਲਓ ਵੀ ਦੋਸਤੋ ਇੱਕ ਵਾਰੀ ਥੋੜ੍ਹਾ ਜਿਹਾ ਹੋਰ ਆਪਾਂ ਤੁਹਾਨੂੰ ਤੋਰ ਕੇ ਦਿਖਾਉਂਦੇ ਹਾਂ। ਠੀਕ ਹੈ ਜੀ, ਵਾਕਈ ਜਿਹੜੀ ਦੋਸਤੋ ਚੀਜ਼ ਚੀਜ਼ ਆ, ਠੀਕ ਹੈ ਜੀ, ਵਾਕਈ ਇੱਥੇ ਕਹਿ ਦਿੰਦੇ ਆ ਵੀ ਜਿਵੇਂ ਚੀਜ਼ ਚੀਜ਼ ਦਾ ਮੁੱਲ, ਅਤੇ ਘਰ ਖਵਾਇਆ ਜਿੱਥੋਂ ਵੀ ਮਾਲਕਾਂ ਕੋਲੋਂ ਆਈ ਆ, ਆਪਾਂ ਵਾਰ ਵਾਰ ਜ਼ਿਕਰ ਕਰਦੇ ਹਾਂ। ਘੱਟ ਲੱਭਦੇ ਆ ਜੀ ਬਾਹਰੋਂ, ਠੀਕ ਹੈ ਜੀ, ਪੈਸੇ ਡਿਮਾਂਡ ਹਰ ਕੋਈ ਵੀਰ ਕਰ ਲੈਂਦਾ ਵੀ ਇੰਨੇ ਚਾਹੀਦੇ ਆ, ਪਰ ਮੈਨੂੰ ਲੱਗਦਾ ਵੀ ਜਦੋਂ ਇਹੋ ਜਿਹਾ ਪਸ਼ੂ ਇਹੋ ਜਿਹੇ ਥਾਵੋਂ ਨਿਕਲੇ ਜਿਨ੍ਹਾਂ ਨੇ ਵਾਕਈ ਸੇਵਾ ਕੀਤੀ ਹੈ, ਸੰਭਾਲ ਕੀਤੀ ਆ, ਅਤੇ ਪੈਸੇ ਜਿੰਨੇ ਮੰਗ ਲਓ ਉਨੇ ਦਾ ਹੱਕਦਾਰ ਵੀ ਹੁੰਦਾ ਮਾਲਕ, ਅਤੇ ਪਸ਼ੂ ਵੀ ਤੁਸੀਂ ਵੇਖੋ ਵੀ ਪੂਰਾ ਹੱਕ ਰੱਖਦਾ ਉਨੇ ਪੈਸੇ ਜਿੰਨੇ ਵੀਰ ਮੰਗੂਗਾ। ਬਾਕੀ ਆਪਾਂ ਵੇਖਾਂਗੇ ਜਿੰਨੇ ਵੀ ਪੈਸੇ ਮੰਗਦਾ ਬਾਈ ਸੰਦੀਪ, ਜਿੰਨੀ ਵੀ ਹੋ ਸਕਦੀ ਹੈ ਘੱਟ ਤੋਂ ਘੱਟ ਵੀ ਜੋ ਵੀ ਗੁੰਜਾਇਸ਼ ਛੋੜ ਛਾਪਾ ਕਰਵਾ ਕੇ ਚੀਜ਼ ਦਿੱਤੀ ਜਾਵੇ। ਠੀਕ ਆ, ਅਤੇ ਮੱਖੀ ਤਿਲਕਦੀ ਆ ਉੱਤੋਂ, ਪਿੰਡਾ ਪੁੰਡਾ ਬਹੁਤ ਜ਼ਿਆਦਾ ਸ਼ਾਈਨ ਕਰਦਾ। ਠੀਕ ਆ, ਆਹ ਦੇਖੋ ਜੀ ਐਕਸਟਰਾ ਆਰਡਨਰੀ ਦੋਸਤੋ। ਠੀਕ ਆ ਜੀ, ਹਵਾਨੇ ਲੇਵੇ ਅਤੇ ਵੇਣ ਕਾਫੀ ਸੋਹਣੀਆਂ ਮੋਟੀਆਂ, ਸੋਹਣਾ ਸਟਰਕਚਰ ਲੇਵੇ ਦਾ। ਠੀਕ ਆ ਜੀ, ਪੰਡਾ ਪਾਈ ਖੜੀ ਕਰਮਾਂ ਲਈ। ਠੀਕ ਆ, ਹੋਰ ਵੀ ਉਮੀਦ ਕਰਦੇ ਹਾਂ ਸੰਦੀਪ ਅਜੇ ਲੈ ਜਾਊਗੀ 2-4 ਦਿਨ। ਸੰਧੂ ਸਾਹਿਬ ਅਜੇ ਪੂਰੀ ਨਹੀਂ ਨਵਾਇਆ ਜੀ, 2-4 ਦਿਨ ਆਰਾਮ ਨਾਲ ਲਾਏ ਚੱਜ ਚੇਤਾ ਜੇ ਨਹੀਂ ਤਾਂ ਗੰਢੇ ਮੈਂ ਸ਼ਹਿਦ ਹੀ ਆਉਂਦੇ ਜੀ ਬਿਲਕੁਲ ਅਜੇ। ਅਜੇ ਝੋਟੀ ਬਹੁਤ ਜ਼ਿਆਦਾ ਬਣਦੀ ਹੈ ਸੰਧੂ ਸਾਹਿਬ, ਇੰਨੀ ਹੋਰ ਬਣ ਜਾਣੀ ਥੱਲਿਓ। ਠੀਕ ਹੈ ਜੀ, ਹਾਂਜੀ, ਬਾਕੀ ਭਰਾ ਭਰੂ ਬੜਾ ਪੋਲਾ ਸੰਧੂ ਸਾਹਿਬ ਝੋਟੀ ਦਾ। ਹਾਂਜੀ, ਲੈ ਵੀ ਸੰਦੀਪ ਵੀਰੇ ਦੇਵਾਂਗੇ ਕਿੰਨੇ ਕੁ ਦੀ? ਸੰਧੂ ਸਾਹਿਬ ਬਾਹਰ ਦੇ ਬਾਜ਼ਾਰ ਦੇ ਹਿਸਾਬ ਨਾਲ, ਚਲੋ ਬਾਹਰ ਜਿੱਦਾਂ ਵੀਰ ਕੋਈ ਮੁੱਲ ਕਰਦੇ ਸਾਰੇ ਆਪਣੇ ਭੈਣ ਭਰਾ ਹੀ, ਉਹਦੇ ਹਿਸਾਬ ਨਾਲ ਭਾਵੇਂ ਇੱਕ 15 ਮੰਗੀਏ ਇੱਕ 20 ਮੰਗੀਏ, ਤੇ ਪਰ ਆਪਾਂ ਜਾਇਜ਼ ਲਈ ਸੰਧੂ ਸਾਹਿਬ ਆਪਾਂ ਅੱਗੇ ਵੀ ਕਿਹਾ ਵੀ ਜਾਇਜ਼ ਹੀ ਦੇ ਦੇਣੀ ਆ। ਸਹੀ ਹੈ, ਕਿਉਂਕਿ ਆਪਾਂ ਜਿਹੜੇ ਅੱਜ ਪਸ਼ੂ ਲਿਆਂਦੇ ਕੱਲ੍ਹ ਨਹੀਂ ਹੋਣੇ, ਜਿਹੜੇ ਕੱਲ੍ਹ ਲਿਆਂਦੇ ਪਰਸੋਂ ਨਹੀਂ ਆਪਣੇ ਕੋਲ ਹੋਣੇ। ਸੰਧੂ ਸਾਹਿਬ ਮੁੱਲ ਕਰਦੇ ਹਾਂ ਇਹਦਾ 1,00,000 ਰੁਪਇਆ ਜੀ, 95,000 ਦੀ ਆਣਾ ਦੇ ਦਈਏ ਜੀ। ਨਹੀਂ ਗੱਲ ਨਹੀਂ ਬਣਦੀ ਜੀ, ਹੋਰ ਕਰ ਦਈਏ 90,000 ਦੀ ਸੰਧੂ ਸਾਹਿਬ ਜਾਣ ਦਿਓ। ਲੈ ਵੀ ਖੋਜ ਜਾਣਾ, ਮੈਨੂੰ ਲੱਗਦਾ ਨਹੀਂ ਵੀ ਹੁਣ ਕੋਈ ਰਹਿ ਗਈ ਗੁੰਜਾਇਸ਼। ਸ਼ਾਹ ਜੀ ਰਹੀ ਕੋਈ ਨਹੀਂ ਗਈ, ਹੁਣ ਤੇ ਆਪਣਾ ਘਾਟਾ ਪੈ ਜਾਣਾ ਇਸ ਤੋਂ ਵਧਾ ਦੇ। ਅੱਛਾ ਜੀ, ਨਹੀਂ ਘਾਟਾ ਨਹੀਂ ਪਾਉਣਾ। ਹਾਂਜੀ, ਤੁਸੀਂ ਆਪਦਾ ਜਲ ਪਾਣੀ ਲੈਣਾ, ਵਪਾਰ ਦਾ ਕੰਮ ਆ। ਹਾਂਜੀ, ਫਿਲਹਾਲ ਦੋਸਤੋ 1,000-2,000 ਰੁਪਇਆ ਲੈਣਾ ਇਹਦੇ ਵਿੱਚ, ਚਲੋ ਕੀ ਆਪਾਂ ਵੀ। ਠੀਕ ਆ ਜੀ, ਅੱਜ ਕੱਲ ਸਾਰਿਆਂ ਨੂੰ ਪਤਾ ਹੀ ਆ ਭੈਣ ਭਰਾਵਾਂ ਨੇ ਜਿੰਨੇ ਦੀ ਚੀਜ਼ ਹੁੰਦੀ ਆ ਅਗਲਾ ਦੂਣੇ ਮੰਗਦਾ ਜੀ ਬਾਅਦ। ਬਸ ਜੀ ਬਸ, ਲਓ ਦੋਸਤੋ ਬਾਕੀ ਝੋਟੀ ਝੋਟੀ ਆ। ਠੀਕ ਆ ਜੀ, ਤੇ 100 ਥਾਵਾਂ ਮੱਝਾਂ ਆਪਾਂ ਦੇਖੀ ਦੇ, ਪਸ਼ੂ ਦੇਖੀ ਦੇ ਆ, ਤੇ ਕਿਤੇ ਨਾ ਕਿਤੇ ਪਸ਼ੂ ਦੋਸਤੋ ਚੰਗੀ ਸੇਵਾ ਚੰਗੀ ਵਜਨ ਮੌਜੂਦ ਵਾਲਾ ਇਹੋ ਜਿਹਾ ਨਿਕਲ ਕੇ ਸਾਹਮਣੇ। ਸਾਰੀਆਂ ਛੋਟਾਂ ਕਰਤੀਆਂ ਸੰਧੂ ਸਾਹਿਬ, 100 ਰੁਪਇਆ ਛੋਟ ਹੀ ਹੋਣੀ ਜੀ ਹੁਣ 90,000 ਜੀ। ਚਲੋ ਠੀਕ ਆ ਜੀ, ਉਹ ਖੁਸ਼ੀ ਖੁਸ਼ੀ ਚਾਹੀਦੀ ਆਪਾਂ ਜਿਹੜੀ ਕਰਨੀ ਬਣਦੀ ਆ। ਹਾਂਜੀ, ਉਹ ਜ਼ਰੂਰ ਕਰਨੀ ਆ। ਠੀਕ ਹੈ ਜੀ ਸੰਧੂ ਸਾਹਿਬ, ਇਹ 2 ਜਿਹੜੀਆਂ ਦੋਸਤੋ ਮੱਝਾਂ ਝੋਟੀਆਂ ਜਿਹੜੀਆਂ ਆਪਾਂ ਤੁਹਾਨੂੰ ਦਿਖਾਤੀਆਂ ਨੇ, ਠੀਕ ਹੈ ਜੀ, ਬਹੁਤ ਖੂਬਸੂਰਤ
ਚੰਗੀਆਂ ਮੱਝਾਂ ਨੇ ਵੀਰ ਸੰਦੀਪ ਸਿੰਘ ਹੁਣ ਦੇ ਫਾਰਮ ਤੇ ਜਿਹੜੀਆਂ ਇਹ ਆਈਆਂ ਨੇ, ਠੀਕ ਆ ਜੀ। ਤੇ ਚੰਗਾ ਪਸ਼ੂ ਤੁਹਾਨੂੰ, ਚੰਗਾ ਪਸ਼ੂ ਚੰਗੇ ਪੈਸੇ ਲਾ ਕੇ ਚੰਗਾ ਪਸ਼ੂ ਤੁਹਾਨੂੰ ਖਰੀਦਣਾ ਮੇਰੇ ਵੀਰਾਂ ਨੇ, ਤੇ ਤੋਰਾ ਫੇਰਾ ਕਰਕੇ ਹਰ ਕੋਈ ਭਰਾ ਵੇਖਦਾ, ਤੇ ਇਹ ਪਸ਼ੂ ਮੈਨੂੰ ਲੱਗਦਾ ਵੀ ਕਿਸੇ ਪਾਸੇ ਖੁੰਝੇ ਨਹੀਂ ਗੇ। ਬਾਕੀ ਆਪਣਾ ਡਿਸੀਜਨ ਆ ਤੁਹਾਡਾ, ਇੱਕ ਵਾਰੀ ਤੁਸੀਂ ਆਣ ਕੇ ਅੱਖੀ ਵੇਖ ਲਿਓ, ਆਪਣੀ ਤਿਪ ਕੇ ਤਸੱਲੀ ਕਰ ਲਿਓ, ਠੀਕ ਆ। ਲੈ ਵੀ ਸੰਦੀਪ, ਦੋਵੇਂ ਨਾਗ ਸੀ ਅੱਜ? ਹਾਂਜੀ ਸੰਧੂ ਸਾਹਿਬ, ਦੋਵੇਂ ਸੀ ਨਾਗਾ। ਨਾਗ ਆਪਣੇ ਕੋਲ ਸਵੇਰੇ ਵੀ ਤੁਹਾਨੂੰ ਦੱਸਿਆ ਪਹਿਲਾਂ ਵੀ ਇੱਕ 6 ਸੀ, 3 ਵੈੜਾਂ ਸੀ, 2 ਵੈੜਾਂ ਵੀਰ ਲੈ ਗਏ ਆ, ਇੱਕ ਜਰਸੀ ਬਰੀਡ ਦੀ ਵੈੜ ਆਪਣੇ ਕੋਲ ਰਹਿ ਗਈ ਆ, ਉਹਦਾ ਵੀ ਸੌਦਾ ਆ ਸੰਧੂ ਸਾਹਿਬ, ਸ਼ਾਮਾਂ ਨੂੰ ਉਹ ਵੀ ਲੈ ਜਾਣੀ ਉਹਨਾਂ, ਬਸ 2 ਹੀ ਝੋਟੀਆਂ ਰਹਿ ਗਈਆਂ ਸੀ ਅੱਜ ਆਪਣੇ ਕੋਲ। ਠੀਕ ਆ ਜੀ, ਠੀਕ। ਹਾਂਜੀ, ਬਾਹਰ ਮਾਲ ਲਿਆ ਖੜਾ ਆਪਣਾ, ਉਤਰਾ ਹੈਗਾ ਵਾ, ਪਰਸੋਂ ਨੂੰ ਫਿਰ ਸੰਧੂ ਸਾਹਿਬ ਵੀਡੀਓ ਆਪਾਂ ਪਾਵਾਂਗੇ। ਹਾਂ ਜ਼ਰੂਰ, ਹਾਂਜੀ ਜ਼ਰੂਰ। ਲੈ ਵੀਰੇ ਸੰਦੀਪ, ਇੱਕ ਬੋਲ ਦੇ ਨੰਬਰ ਆ 84370 ਜੀ, 38939 ਸੰਧੂ ਸਾਹਿਬ ਜੀ। ਠੀਕ ਆ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਲਓ ਦੱਸੋ, ਇਹ ਸਨ ਵੀਰ ਸੰਦੀਪ ਪਿੰਡ ਸੁਰ ਸਿੰਘ ਤੋਂ। ਸੋ ਪਸ਼ੂ ਵੱਡੀ ਗਿਣਤੀ ਦੇ ਵਿੱਚ ਆਉਂਦੇ ਆ ਇਸ ਫਾਰਮ ਤੇ, ਕੋਈ 8-7 ਨਗ ਹਰ ਪੂਰ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਦੇ ਆ ਫਿਲਹਾਲ। ਕੁਝ ਕੁ ਜਿਹੜੇ ਨਾਗਾ 'ਚ ਸੇਲ ਹੋ ਚੁੱਕੇ ਸੀਗੇ, ਜਿਹੜੇ ਮੌਜੂਦ ਨੇ ਉਹ ਆਪਾਂ ਤੁਹਾਨੂੰ ਇਹ 2 ਪਸ਼ੂ ਅੱਜ ਦਿਖਾਤੇ ਆ, ਠੀਕ ਆ ਜੀ। ਸੋ ਵੱਡੇ ਥੰਮਾਂ ਆ ਗਈਆਂ ਜਿਹੜੀਆਂ ਮੱਝਾਂ ਝੋਟੀਆਂ ਨੇ, ਬਾਕੀ ਪਸੰਦ ਲੱਗੇ ਹੋਣਗੇ। ਜਿੰਨੇ ਵੀਰਾਂ ਨੇ ਵੀਡੀਓ ਦੇਖੀ ਆ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਵੀਡੀਓ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਦੋਸਤੋ। ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ। ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ।